ਇੱਕ ਪਤੀ ਵੱਲੋਂ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਪਤੀ ਪਤਨੀ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ, ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸਦੇ ਸਿਰ ਤੇ ਡੰਡਾ ਮਾਰ ਦਿੱਤਾ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਚਾਰਪਾਈ ਤੇ ਛੱਡ ਕੇ ਆਰੋਪੀ ਪਤੀ ਫਰਾਰ ਹੋ ਗਿਆ। ਵਾਰਦਾਤ ਦਾ ਖੁਲਾਸਾ ਉਸ ਵੇਲੇ ਹੋਇਆ ਜਦ ਸਵੇਰੇ ਹੋਰ ਪਰਿਵਾਰਕ ਮੈਂਬਰ ਘਰੇ ਪਹੁੰਚੇ। ਉਹਨਾਂ ਨੇ ਮਹਿਲਾ ਨੂੰ ਮ੍ਰਿਤ ਪਿਆ ਵੇਖਿਆ, ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਦੇ ਨਾਲ ਹੀ FSL ਟੀਮ ਵੀ ਮੌਕੇ ਤੇ ਬੁਲਾਇਆ ਗਿਆ। ਪੁਲਿਸ ਅਤੇ FSL ਟੀਮ ਨੇ ਮੌਕੇ ਤੇ ਕਾਰਵਾਈ ਦੇ ਲਈ ਸਬੂਤ ਇਕੱਠੇ ਕੀਤੇ। ਸੋ ਇਸ ਤੋਂ ਬਾਅਦ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭਿਜਵਾਇਆ ਗਿਆ। ਉੱਥੇ ਉਸਦਾ ਪੰਚਨਾਮਾ ਭਰਵਾ ਕੇ ਡੈੱਡ ਬੋਡੀ ਨੂੰ ਜਿਹੜਾ ਸ਼ਵ ਗ੍ਰਹਿ ਦੇ ਵਿੱਚ ਰੱਖ ਦਿੱਤਾ ਗਿਆ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਮਹਿਲਾ ਦੀ ਪਹਿਚਾਣ ਪੂਜਾ ਦੇ ਰੂਪ ਵਿੱਚ ਹੋਈ ਹੈ। ਉਸ ਮਾਲਖਾ ਦੇ ਚੁਲਕਾਣਾ ਪਿੰਡ ਦੇ ਪਤੀ ਹੈ ਜਿਹੜਾ ਨਵੀਨ ਦੇ ਨਾਲ ਰਹਿੰਦੀ ਹੈ। ਦੋਨਾਂ ਦੇ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਵੀ ਦੋਨਾਂ ਦੇ ਵਿੱਚ ਕਹਾਸੁਣੀ ਹੋਈ, ਗੱਲ ਜ਼ਿਆਦਾ ਵੱਧ ਗਈ। ਨਵੀਨ ਨੇ ਪੂਜਾ ਨੂੰ ਮੌਕੇ 'ਤੇ ਹੀ ਮਾਰ ਦਿੱਤਾ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਵੇਖਦੇ ਰਹੋ ਲੁਧਿਆਣਾ ਲਾਈਵ।